नेक्स्ट कंपोनेंट्स असी डिस्कस करांगे सीमॉस बैटरी अते डिम एंड सिम सीमॉस बैटरी. द फर्स्ट पॉइंट इज सीमॉस स्टैंड्स फॉर कंप्लीमेंट्री मेटल ऑक्साइड सेमीकंडक्टर. इस डायग्राम दे अंदर तुसी देख रहे हो कि साडे को सीमॉस बैटरी अटैच है. यह जो तुसी देख रहे हो बेसिकली ये सीमॉस बैटरी है. हुण असी नैक्सट पॉइंट के अंदर डिस्कस करांगे कि सीमॉस बैटरी का काम की है. सैकेंड पॉइंट इज इट स्टोर द बायोस सैटिंग्स. मतलब सीमॉस बैटरी के अंदर असी बायोस सैटिंग नू सेव करते हाँ. थर्ड पॉइंट इज चेंज द सीमॉस बैटरी वैन इट डज़ नॉट वर्क प्रॉपरली. जदों ये सीमॉस बैटरी अपना कोई भी फंक्शन चंगी तरह परफॉर्म नहीं कर रही तो सानू उसनू चेंज कर देना चाहिए है. नैक्सट पॉइंट इज इट कैरीज पावर फ्रॉम द बैटरी विच हेल्प फॉर अपग्रेडिंग डाटा लाइक डेट एंड टाइम. बेसिकली सीमॉस बैटरी की हेल्प के नाल असी किसी भी तरह की जी इनफॉर्मेशन आ उसनू असी अपडेट कर सकते हाँ अकॉर्डिंग टू द सीमॉस बैटरी की हेल्प. सीमॉस बैटरी की हेल्प के नाल असी इनफॉर्मेशन अपग्रेड करते हाँ लाइक डेट एंड टाइम. जिवें तुसी पीसी दे थ्रू किसी भी जदों भी तुसी सीपीयू जदों भी तुसी कंप्यूटर नू ऑन करते हो तो तुसी देखते होवोगे कि डेट ते टाइम जिहड़ा हमेशा अपडेट जां एक्यूरेट हुंदा है उस ओ कादे करके अपडेट हुंदा है विद दी हेल्प ऑफ सीमॉस बैटरी. ए सी साडे को सीमॉस बैटरी दी प्रॉपर वर्किंग जिहड़ी कि अपडेट करन विच हेल्प करदी है एज वेल बायो सैटिंग नू स्टोर करने विच यूज करती. नैक्सट कॉम्पोनेंट इज डिम एंड सिम. डिम स्टैंड फॉर ड्यूल इन लाइन मैमरी मड्यूल एंड सिम स्टैंड फॉर सिंगल इन लाइन मैमरी मड्यूल. बेसिकली इस डायग्राम के अंदर ब्लैक एंड वाइट कलर की जो साढ़े को स्लॉट नज़र आ रही है उसनों असी सिम एंड डिम कहते हाँ. जदों हुण मैं तुहानूं इह दसांगी कि डिम की है. जदों डिम अते सिम दा हुण मैं तुहानूं दसांगी सिम अते डिम दे विच की डिफरेंस है. जिवें कि असी ऑलरेडी पढ़ चुके हाँ कि सिम स्टैंड फॉर सिंगल इन लाइन मैमरी मड्यूल. इस सिम दे अंदर जदों असी एक सिंगल रैम नू अटैच करते हाँ इस स्लॉट्स के अंदर तो उसनों असी की कहते हाँ सिम. तो जदों असी दो रैम नू एट ए टाइम यूज़ करते हाँ तो उसनों असी की कहते हाँ ड्यूल इन लाइन मैमरी मड्यूल यानी कि डिम. ਇਹ ਸੀ ਸਾਡੇ ਕੋਲ ਬੇਸਿਕਲੀ ਡਿਫਰੈਂਸ ਸਿਮ ਅਤੇ ਡਿਮ ਦੇ ਬਾਰੇ. ਬੇਸਿਕਲੀ ਇਹਦਾ ਮੇਨ ਪਰਪਸ ਇਹੀ ਹੈ ਕਿ ਅਸੀਂ ਇਸਨੂੰ ਰੈਮ ਨੂੰ ਅਟੈਚ ਕਰਨ ਲਈ ਯੂਜ਼ ਕਰਦੇ ਹਾਂ ਅਤੇ ਸਿਮ ਅਸੀਂ ਉਦੋਂ ਯੂਜ਼ ਕਰਦੇ ਹਾਂ ਜਦੋਂ ਅਸੀਂ ਲੈਸ ਡਾਟਾ ਨੂੰ ਸਟੋਰ ਕਰਨਾ ਹੋਵੇ. ਲੇਕਿਨ ਕਈ ਵਾਰੀ ਕੀ ਹੋ ਜਾਂਦਾ ਕਿ ਸਾਡੇ ਕੋਲ ਮੈਕਸੀਮਮ ਡਾਟਾ ਸਟੋਰ ਕਰਨ ਦੀ ਕਿਸੇ ਟਾਈਮ ਸਾਨੂੰ ਮੈਕਸੀਮਮ ਡਾਟਾ ਸਟੋਰ ਕਰਨ ਦੀ ਜ਼ਰੂਰਤ ਪੈਂਦੀ ਹੈ ਅਤੇ ਉਸ ਟਾਈਮ ਅਸੀਂ ਦੋ ਰੈਮ ਨੂੰ ਯੂਜ਼ ਕਰਦੇ ਹਾਂ. ਜਦੋਂ ਅਸੀਂ ਐਟ ਏ ਟਾਈਮ ਦੋ ਰੈਮ ਨੂੰ ਸੇਮ ਸਲੋਟਸ ਦੇ ਉੱਪਰ. ਨੈਕਸਟ ਕੰਪੋਨੈਂਟ ਇਜ਼ ਡਿਮ ਐਂਡ ਸਿਮ. ਡਿਮ ਸਟੈਂਡਸ ਫੋਰ ਡਿਊਲ ਇਨ ਲਾਈਨ ਮੈਮਰੀ ਮਡਿਊਲ ਐਂਡ ਸਿਮ ਸਟੈਂਡਸ ਫੋਰ ਸਿੰਗਲ ਇਨ ਲਾਈਨ ਮੈਮਰੀ ਮਡਿਊਲ. ਹੁਣ ਮੈਂ ਤੁਹਾਨੂੰ ਦੱਸਾਂਗੀ ਸਿਮ ਅਤੇ ਡਿਮ ਦਾ ਕੀ ਮਤਲਬ ਹੈ. ਜਦੋਂ ਅਸੀਂ ਮਦਰਬੋਰਡ ਦੇ ਉੱਪਰ ਇੱਕ ਸਿੰਗਲ ਰੈਮ ਨੂੰ ਯੂਜ਼ ਕਰਦੇ ਹਾਂ ਅਤੇ ਉਸਨੂੰ ਅਸੀਂ ਸਿਮ ਕਹਿੰਦੇ ਹਾਂ. ਅਤੇ ਜਦੋਂ ਅਸੀਂ ਦੋ ਰੈਮ ਨੂੰ ਐਟ ਏ ਟਾਈਮ ਯੂਜ਼ ਕਰ ਰਹੇ ਹੁੰਦੇ ਹਾਂ ਉਸਨੂੰ ਅਸੀਂ ਡਿਮ ਕਹਿੰਦੇ ਹਾਂ. ਦ ਸੈਕਿੰਡ ਡਿਫਰੈਂਸ ਇਜ਼ ਦੈਟ ਕਿ ਸਿਮ ਅਸੀਂ ਉਦੋਂ ਯੂਜ਼ ਕਰਦੇ ਹਾਂ ਜਦੋਂ ਅਸੀਂ ਲੈੱਸ ਅਮਾਊਂਟ ਆਫ ਡਾਟਾ ਨੂੰ ਸਟੋਰ ਕਰਨਾ ਹੋਵੇ. ਲੇਕਿਨ ਕਿਸੇ ਟਾਈਮ ਕੀ ਆ ਸਾਨੂੰ ਜ਼ਿਆਦਾ ਡਾਟਾ ਸਟੋਰ ਕਰਨ ਦੀ ਜ਼ਰੂਰਤ ਪੈ ਜਾਂਦੀ ਹੈ ਅਤੇ ਉਸ ਟਾਈਮ ਅਸੀਂ ਦੋ ਰੈਮ ਨੂੰ ਜਿਹੜਾ ਵਾ ਮਦਰਬੋਰਡ ਦੇ ਉੱਪਰ ਅਟੈਚ ਕਰਦੇ ਹਾਂ ਉਸਨੂੰ ਅਸੀਂ ਡਿਮ ਕਹਿੰਦੇ ਹਾਂ. ਨੈਕਸਟ ਪੁਆਇੰਟ ਇਜ਼ ਸਟੋਰ ਪ੍ਰੋਗਰਾਮਸ ਟੈਂਪਰੇਰੀਲੀ. ਹੁਣ ਕੀ ਆ ਕਿ ਰੈਮ ਕੀ ਆ. ਰੈਮ ਦਾ ਮਤਲਬ ਸੀ ਰੈਂਡਮ ਅਸੈਸ ਮੈਮਰੀ ਜਿਹਦੇ ਅੰਦਰ ਅਸੀਂ ਰੀਡ ਅਤੇ ਰਾਈਟ ਡਾਟਾ ਰੀਡ ਅਤੇ ਰਾਈਟ ਫੰਕਸ਼ਨ ਨੂੰ ਅਸੈਸ ਕਰਦੇ ਹਾਂ. ਅਤੇ ਇਹਦਾ ਮੇਨ ਕੰਮ ਕੀ ਆ ਕਿ ਇਹ ਟੈਂਪਰੇਰੀ ਡਾਟਾ ਨੂੰ ਸਟੋਰ ਕਰਦੀ. ਥਰਡ ਪੁਆਇੰਟ ਇਜ਼ ਇਟ ਇਜ਼ ਯੂਜ਼ ਟੂ ਕਨੈਕਟ ਦਾ ਰੈਮ. ਜਿਵੇਂ ਕਿ ਅਸੀਂ ਆਲਰੇਡੀ ਫਸਟ ਪੁਆਇੰਟ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਕਿ ਰੈਮ ਨੂੰ ਕਨੈਕਟ ਕਰਨ ਵਿੱਚ ਹੈਲਪ ਕਰਦੀ ਆ. ਸਿਰਫ ਇਹਦੇ 'ਚ ਮੇਨ ਡਿਫਰੈਂਸ ਉੱਥੇ ਆਉਂਦਾ ਜਦੋਂ ਅਸੀਂ ਮੈਕਸੀਮਮ ਡਬਲ ਟਾਈਮ ਰੈਮ ਨੂੰ ਯੂਜ਼ ਕਰਨਾ. ਲਾਈਕ ਜਿਵੇਂ ਸਿਮ ਦੇ ਅੰਦਰ ਅਸੀਂ ਸਿਰਫ ਇੱਕ ਰੈਮ ਯੂਜ਼ ਕਰਦੇ ਹਾਂ ਅਤੇ ਡਿਮ ਦੇ ਅੰਦਰ ਅਸੀਂ ਦੋ ਰੈਮ ਨੂੰ ਯੂਜ਼ ਕਰ ਰਹੇ ਹੁੰਦੇ ਹਾਂ.
ਹੁਣ ਤੁਹਾਨੂੰ ਪ੍ਰੋਪਰਲੀ ਕਲੀਅਰ ਹੋ ਚੁੱਕਾ ਹੋਵੇਗਾ ਕਿ ਇਹ ਸਲੋਟਸ ਕਾਹਦੇ ਲਈ ਯੂਜ਼ ਕੀਤੀਆਂ ਜਾਂਦੀਆਂ ਨੇ ਅਤੇ ਡਿਮ ਅਤੇ ਸਿਮ ਦੇ ਵਿੱਚ ਕੀ ਫਰਕ ਹੈ। ਪ੍ਰੋਪਰਲੀ ਇਸ ਦੀ ਵਰਕਿੰਗ ਨੂੰ ਅਸੀਂ ਉਦੋਂ ਡਿਸਕਸ ਕਰਾਂਗੇ ਜਦੋਂ ਅਸੀਂ ਸੀਪੀਯੂ ਦੀ ਅਸੈਂਬਲਿੰਗ ਕਰਾਂਗੇ। ਇਹ ਉਹ ਸਲੋਟਸ ਨੇ ਜਿਸ ਜਗ੍ਹਾ 'ਤੇ ਅਸੀਂ ਰੈਮ ਨੂੰ ਫਿੱਟ ਕਰਦੇ ਹਾਂ ਅਤੇ ਇਸ ਦੀ ਪ੍ਰੋਪਰ ਜਾਣਕਾਰੀ ਤੁਸੀਂ ਸਾਡੀ ਵੀਡੀਓ ਦੇ ਵਿੱਚ ਅਤੇ ਰੈਮ ਨੂੰ ਅਸੀਂ ਕਿਵੇਂ ਇਹਨਾਂ ਸਲੋਟਸ ਦੇ ਅੰਦਰ ਫਿੱਟ ਕਰਨਾ ਹੈ ਇਸ ਦੀ ਪ੍ਰੋਪਰ ਜਾਣਕਾਰੀ ਅਸੀਂ ਵੀਡੀਓ ਦੇ ਵਿੱਚ ਦੇਵਾਂਗੇ, ਜਿਹੜੀ ਕਿ ਅਸੀਂ ਸੀਪੀਯੂ ਅਸੈਂਬਲਿੰਗ ਦੇ ਵਿੱਚ ਤੁਹਾਨੂੰ ਪ੍ਰੋਪਰਲੀ ਸਮਝਾਇਆ ਜਾਵੇਗਾ ਕਿ ਕਿਸ ਤਰ੍ਹਾਂ ਅਸੀਂ ਰੈਮ ਨੂੰ ਇਸ ਸਲੋਟਸ ਦੇ ਉੱਪਰ ਅਟੈਚ ਕੀਤਾ ਜਾਵੇਗਾ। ਇਹ ਸੀ ਸਾਡੇ ਕੋਲ ਸੀਮੋਸ ਬੈਟਰੀ ਅਤੇ ਡਿਮ ਐਂਡ ਸਿਮ ਕੰਪੋਨੈਂਟਸ।